ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਮੇਰਾ ਨਾਮ ਵਰਿੰਦਰ ਸਿੰਘ ਹੈ ਜੀ, ਅਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਭੈਣੀ ਖੁਰਦ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। ਇੱਥੇ ਆਪਣੇ ਕਿਸਾਨ ਵੀਰ ਨੇ ਜੀ ਜਿਨ੍ਹਾਂ ਨੇ ਆਪਣੀ ਫੈਟ ਬੋਇ ਲਗਾਈ ਹੋਈ ਹੈ। ਆਓ ਇਸ ਜਵਾਰ ਤੋਂ ਆਪਾਂ ਤਜਰਬਾ ਪੁੱਛਦਾ ਫਾਰਮਰ ਵੀਰ ਦਾ ਵੀ ਕਿਸ ਤਰ੍ਹਾਂ ਹੈ ਫਾਰਮਰ ਵੀਰ ਦਾ ਤਜਰਬਾ ਰਿਹਾ। ਕੀ ਨਾਮ ਹੈ ਬਾਈ ਜੀ ਤੁਹਾਡਾ ਜੀ? ਗੁਰਦਰਸ਼ਨ ਸਿੰਘ। ਗੁਰਦਰਸ਼ਨ ਸਿੰਘ ਬਾਈ ਜੀ ਦਾ ਨਾਮ ਹੈ, ਪਿੰਡ ਕਿਹੜਾ ਬਾਈ ਜੀ ਇਹ? ਭੈਣੀ ਖੁਰਦ। ਅਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ। 97819 ਹਾਂਜੀ 68310। ਤੁਸੀਂ ਇਹ ਜਵਾਰ ਐਕਚੁਲੀ ਪਹਿਲੀ ਵਾਰ ਲਾਈ ਹੈ ਜੀ? ਹਾਂਜੀ ਹਾਂ। ਪਹਿਲਾਂ ਤੁਸੀਂ ਕਿਹੜੀ ਜਵਾਰ ਲਾਉਂਦੇ ਸੀ ਬਾਈ ਇਸ ਚੀਜ਼ ਦੇ ਵਿੱਚ? ਡੈਰੀ ਗ੍ਰੀਨ। ਪਹਿਲਾਂ ਤੁਸੀਂ ਕੋਈ ਹੋਰ ਇਹ ਚੰਗੀ ਕੰਪਨੀ ਦੀ ਜਵਾਰ ਬੀਜਦੇ ਸੀ? ਤੁਹਾਨੂੰ ਬਾਈ ਇਸ ਜਵਾਰ ਦਾ ਅਤੇ ਉਸ ਜਵਾਰ ਦਾ ਕੀ ਫਰਕ ਰਿਹਾ? ਇਹ ਸਪਰੇਅ ਘੱਟ ਮੰਗਦੀ ਹੈ ਅਤੇ ਛੇਤੀ ਤਿਆਰ ਹੁੰਦੀ ਹੈ, ਬਾੜ ਵੀ ਜਾਂਦੀ ਹੈ। ਇਸ ਚੀਜ਼ ਦਾ ਬਾਈ ਇਹ ਤਜਰਬਾ ਰਿਹਾ ਵੀ ਇੱਕ ਤਾਂ ਇਹ ਜਵਾਰ ਸਪਰੇਅ ਬਹੁਤ ਥੋੜ੍ਹੀ ਮੰਗਦੀ ਹੈ, ਉਸ ਜਵਾਰ ਦੇ ਉੱਤੇ ਇਹਨਾਂ ਨੇ 3 ਸਪਰੇਹਾਂ ਕੀਤੀਆਂ ਅਤੇ ਇਹ ਜਵਾਰ ਦੇ ਉੱਤੇ ਕਿੰਨੀਆਂ ਸਪਰੇਹਾਂ ਹੋਈਆਂ ਜੀ? ਇੱਕ ਸਪਰੇਅ ਹੋਈ ਹੈ ਜੀ। ਅੱਜ ਇਹ ਜਵਾਰ ਕਰੀਬ 50-55 ਦਿਨ ਦੇ ਕਰੀਬ ਖੜ੍ਹੀ ਹੈ, ਅਤੇ ਤੁਸੀਂ ਨੇੜੇ ਆ ਜਾ ਵੀਰੇ। ਤੁਸੀਂ ਇਹ ਜਵਾਰ ਦਾ ਟਾਂਡਾ ਦੇਖ ਸਕਦੇ ਹੋ, ਪ੍ਰੋਪਰ ਮੋਟਾ ਟਾਂਡਾ ਜੀ, ਪੱਤਾ ਚੌੜਾ। ਅਤੇ ਇਹ ਜਵਾਰ ਬਾਈ ਤੁਹਾਨੂੰ ਦੇਖਣ 'ਚ ਕਿਵੇਂ ਲੱਗ ਰਹੀ? ਬਹੁਤ ਵਧੀਆ, ਟੋਕਾ ਬਹੁਤ ਵਧੀਆ ਹੁੰਦਾ। ਖਾਣ 'ਚ ਪਸ਼ੂ ਕਿਵੇਂ? ਬਹੁਤ ਵਧੀਆ, ਖੁੱਲ੍ਹੀ ਖਾਲੀ। ਅਤੇ ਹੋਰ ਫਾਰਮਰ ਵੀਰਾਂ ਨੂੰ ਆਸੇ ਪਾਸੇ ਕੀ ਆਪਾਂ ਸੰਦੇਸ਼ ਦੇਣਾ ਚਾਹਾਂਗੇ ਜੀ ਇਸ ਜਵਾਰ ਬਾਰੇ? ਇਹ ਬੀਜੋ, ਬਹੁਤ ਵਧੀਆ ਜੀ। ਠੀਕ ਹੈ ਬਾਈ, ਬਹੁਤ ਬਹੁਤ ਧੰਨਵਾਦ ਜੀ।